ਨਹੀਂ ਹੋਏ ਕਾਂਗਰਸਮੈਨ ਨੇ। ਦੇਖੋ ਵੱਡਾ ਪਿੰਡ ਹੈ 5-4 ਹਜ਼ਾਰ ਵੋਟ ਦਾ ਬਲੱਦੀ ਪਿੰਡ, ਉੱਥੇ ਸਰਪੰਚੀ ਦੀ ਆਪਸੀ ਲੜਾਈ ਸੀ ਇਹਨਾਂ ਦੀ, ਦੋਨੋਂ ਧੜੇ ਕਾਂਗਰਸ ਦੇ ਨੇ, ਇੱਕ ਨੇ ਜਿੱਤਣਾ ਸੀ ਇੱਕ ਨੇ ਹਾਰਨਾ ਸੀ, ਲੋਕ ਅਕਾਲੀ ਉਹ ਦੱਸੀ ਜਾਂਦੇ ਸੀ ਉਹ ਗਲਤ ਸੀ, ਲੇਕਿਨ ਲੋਕਾਂ ਦਾ ਭਰਮ ਦੂਰ ਕਰਨ ਵਾਸਤੇ ਆ ਖੜੇ ਨੇ ਸਰਪੰਚ ਸਾਹਿਬ, ਜਿੱਤੇ ਨੇ ਦੋਨੋਂ ਧੜੇ ਸੀਗੇ, ਇੱਕ ਜਿੱਤ ਗਿਆ ਇੱਕ ਹਾਰ ਗਿਆ, ਦੋਨੋਂ ਲੋਕਾਂ ਨੂੰ ਦੱਸਣ ਵਾਸਤੇ ਭਾਈ ਜਾਤ ਦੇ ਕਹਿੰਦੇ ਅਸੀਂ ਚੱਠੇ, ਖਾਣ ਪੀਣ ਵੇਲੇ ਵੱਖਰੋ ਵੱਖਰੇ, ਲੜਨ ਵੇਲੇ ਇਕੱਠੇ, ਇਹ ਸਰਪੰਚੀ ਇਹਨਾਂ ਨੇ ਲੜ ਗਏ, ਇਹਨੂੰ ਮਹਾਰਾਣੀ ਨੂੰ ਜਿਤਾਉਣ ਲਈ ਸਾਰੇ ਇਕੱਠੇ। ਹਾਂਜੀ ਤੁਸੀਂ ਜੀ ਸਾਧੂ ਸਿੰਘ ਹੋਰਾਂ ਨਾਲ ਹਾਂ, ਕਾਂਗਰਸ ਦੇ ਨਾਲ ਹਾਂ, ਮਹਾਰਾਣੀ ਦੀ ਫੋਕ ਕੇ ਮਦਦ ਕਰਾਂਗੇ, ਸਾਡੀ ਆਪਸ ਵਿੱਚ ਕੋਈ ਗਿਲਾ ਸ਼ਿਕਵਾ ਹੈ ਹੀ ਨਹੀਂ ਕਾਂਗਰਸ ਨਾਲ, ਨਾ ਸਰਦਾਰ ਸਾਧੂ ਸਿੰਘ ਨਾਲ, ਸਾਧੂ ਸਿੰਘ ਦੇ ਨਾਲ ਹਮੇ ਅੱਜ ਤੋਂ ਨਹੀਂ, ਕਈ ਸਾਲ ਹੋ ਗਏ ਨਾਲ ਤੁਰਿਆਂ ਨੂੰ, ਇਹ ਤਾਂ ਨਵੀਂ ਗੱਲ। ਪਹਿਲਾਂ ਧੜ ਕਾਂਗਰਸ ਇਕੱਠੀ ਸੀ, ਧੜਾ ਧੂੜਾ ਸਾਡਾ ਉਹ ਅਗਲੇ ਨੇ ਬਣਾ ਲਿਆ, ਉਹ ਲਹਿਦਾ ਬਾਤ ਹੈ, ਸਾਡਾ ਕੋਈ ਧੜਾ ਨਹੀਂ। ਅਸੀਂ ਪਹਿਲਾਂ ਵੀ ਕਾਂਗਰਸ ਸੀ ਅਤੇ ਹੁਣ ਵੀ ਕਾਂਗਰਸ ਹੀ ਹੈ, ਪਹਿਲਾਂ ਸਰਦਾਰ ਸਾਧੂ ਸਿੰਘ ਨੂੰ ਵੋਟਾਂ ਪਾਈਆਂ, ਪਹਿਲਾਂ ਵੀ ਮਹਾਰਾਣੀ ਸਾਹਿਬ ਨੂੰ ਪਏ, ਹੁਣ ਵੀ ਪਾਵਾਂਗੇ, ਇਕੱਠੇ ਹੋ ਕੇ ਚੱਲਾਂਗੇ ਸਾਰੇ, ਸਰਪੰਚੀ ਤੌਰ 'ਤੇ ਵੱਖਰੇ ਹੁਣ ਇਕੱਠੇ।